बिस्मिल्लाहिर्रहमानिर्रहीम, अस्सलाम वालेकुम मेरे प्यार बैंड, यहाँ भी रहो खुश रहो आबाद रहो, हमेशा हंसते मुस्कुराते रहो। अलहमदिल्ला बिल्कुल ठीक ठाक हंस मेहनत करने के लिए साढ़े बहनों पर बिल्कुल ठीक ठाक खरीद तुम्हें। सुबह का टाइम में नाश्ता पानी जो असी कर लिया, तो मिस्त्री भाई और जोड़े ने भी आए हूँ, या फिर अली ने अब यूके की शर्ट पाई हुई क्योंकि जो गर्मी आज जी काफ़ी सारी आई, तो मम्मा सैन जो चौक के दिखती है उन्हें क्या जो बुज हाँ जी, तो भाई और जोड़े ने इतने भी बजरी रांडे समान लोन जोड़े मंजिया साड़िया खलियां हो गई, काम जोड़ा शुरू हो गया, बाकी भाई जोड़े अंदर त्राई वगैरह जोड़े ने वह ला रहे हैं हर चीज तैयार हो पी सारी रोली मुकम्मल कर पूरी हो गई। काफ़ी दिन बाद आज जेड़ा ना बिलो दी मुलाकात आदे बहन भाइयों करा रही हैं। शादी खा आई? शादी सही आई? की पकाया इन्ने शादी की पकाया इन्ने? बोटी खा दी गया राज के? ते आज की करें आई साडे ले सादियां पिछो आई की लऊं की लाऊं मैं? छुरी लवेन आई है। छुरी ने की करूं ने की पकाऊं ने? मच्छी को उने? अच्छा चल ठीक है, मैं मुचा देनी छुरी, हाँ सवेरा ने दी छुरी, जा ला जा मोड़ो से मैं काम करे से और आउने आमी बिल्लो दिया टोरा वेखो। बाकी भाई और जेड़े ना मिसाला मुसुला उस जेड़े ना कमरे जेड़े ना पा रहे ने भाई और जेड़े ना हुण ला रहे ने थल्ले जेड़े ना पा रहे ने माल। माशाल्लाह जा फिर बड़ा जेड़ा सोहना लगता फिर कपड़े शर्ट सी जा फिर अली ने अज इन्ह दिन बाद पाई है। हाँ ठंडा कपड़ा है हाँ जी ठंडी जा फिर पसीनी पसीनी जो खोता चलो ठीक है। सैडा तू बाई जेड़ा ना लेवल करेगा तो उस तो बाद जेड़ा ना विचली सैड बाद इस अपील के पावेगा। बाकी बाई जेड़ा ना पाक दिखे या फिर जेड़ा ना बजरी उसको जी थले जेड़ा जोड़ी वो गिरांडे जेड़ा निकल कर रहे हैं। हाँ जी हाँ थोड़ी जो सैड लिखो जेड़ा ने दिखा रहे काम आसानी हो जाता। माशाल्लाह माशाल्लाह दूसरा ही समन जेड़ा हल्ला मुकम्मल हो गया, कच्चा जेड़ा ना हो गया दरवाजे रोड़ी कोट लेन जा फिर आ जाता हेल्प होगी कटा ले क्योंकि इतना पानी है सैर रोड़ी आ पोजिया फिर जेने की
ਫਿਰ ਥੋੜ੍ਹੀ ਜਿਹੀ ਕਾਫੀ ਸਾਰੀ ਰਹਿੰਦੀ ਹੈ ਸਿਰਫ ਜਿਹੜਾ ਇੰਨਾ ਥੋੜ੍ਹਾ ਜਿਹਾ ਹੀ ਥਾਂ ਜਿਹੜਾ ਬਣਿਆ ਬਾਕੀ ਮਸਾਲਾ ਜਿਹੜਾ ਨਾ ਆਹ ਵਾਲਾ ਜਿਹੜਾ ਬੱਚਿਆ ਹੋਰ ਬਣਾ ਕੇ ਉਸ ਵਾਲੇ ਕਮਰਿਆਂ ਨਾਲ ਦੇ ਵਾਲੇ ਕਮਰੇ ਜਿਹੜੇ ਨੇ ਇਹ ਵਾਲਾ ਕੱਚਾ ਕਰਨਾ ਇਹਦੇ ਤੋਂ ਇੱਧਰ ਜਿਹੜਾ ਬਿਲਕੁਲ ਕੋਈ ਨਹੀਂ ਕੀਤਾ ਨਾਸ਼ਤਾ ਜਿਹੜਾ ਨਾ ਭਾਈ ਉਹਨਾਂ ਨੂੰ ਕਰਾ ਦਿੱਤਾ ਤੁਹਾਨੂੰ ਬਣਾ ਰਹੀਆਂ ਰੋਟੀ ਸਾਲਾਂ ਮਸਾਲਾ ਜਿਹੜਾ ਨੂੰ ਤਿਆਰ ਕਰੀਆਂ ਬਣਾ ਰਹੀਆਂ ਆਲੂ ਗੋਸ਼ਤ ਮਸਾਲਾ ਜਿਹੜਾ ਨੂੰ ਕੱਟ ਲਿਆ ਟਮਾਟਰ ਸਿਰ ਜਿਹੜਾ ਰਹਿ ਗਿਆ ਅਤੇ ਆਲੂ ਜਿਹੜਾ ਨੂੰ ਬਣਾ ਲੈਂਦੀਆਂ ਫਿਰ ਬਣਾਉਣੀ ਸਾਲਾਂ ਅਤੇ ਆਟਾ ਗੁੰਨ ਕੇ ਨਾਲ ਜਿਹੜਾ ਰੋਟੀਆਂ ਉਹ ਤਿਆਰ ਕਰ ਸਾਂ ਬਾਕੀ ਭਾਈ ਉਹ ਜਿਹੜੇ ਨਾ ਡਾਂਡੇ ਦਾ ਲੈਵਲ ਕਰ ਰਹੇ ਨੇ ਉਹਦੇ ਲਈ ਉਹਨੂੰ ਲਾ ਰਹੇ ਨੇ ਉਸ ਬਾਅਦ ਜਿਹੜੇ ਨੰਬਰ ਜਿਹਦੇ ਉੱਤੇ ਇੱਥੇ ਰੋੜੀ ਪਾਉਣਗੇ ਰੋੜੀ ਪਾ ਕੇ ਉੱਤੇ ਜਿਹੜਾ ਹੁੰਦਾ ਕਰਸ਼ ਦੇ ਦੇਣ ਕੱਚਾ ਟਾਈਮ ਬਾਕੀ ਸਾਰੇ ਹੈਲਪ ਕਰਨ ਲੱਗ ਗਏ ਨੇ ਬਾਈ ਦੀ ਕਿਉਂਕਿ ਬਾਈ ਜਿਹੜਾ ਨਾ ਬਾਹਰ ਕੁੱਟ ਰਿਹਾ ਉੱਥੇ ਜਿਹੜਾ ਨਾ ਕਾਫੀ ਸਾਰੀ ਗਰਮੀ ਅਤੇ ਧੁੱਪ ਆਈ ਅਤੇ ਮੰਮਾ ਸਾਹਿਬ ਨੇ ਅੱਜ ਜਿਹੜਾ ਨਾ ਛੋਟੇ ਵਾਹ ਕਰਾ ਰਹੇ ਨੇ ਕਾਫੀ ਸਾਰੇ ਅੱਜ ਜਿਹੜੇ ਨਹੀਂ ਟਕਲਾ ਕੋਈ ਨਹੀਂ ਇਹਨੇ ਅਤੇ ਬਿਲਕੁਲ ਠੀਕ ਨੇ ਕਿਉਂਕਿ ਗਰਮੀ ਆ ਤਾਂ ਪਾਰੋ ਜਾਂ ਫਿਰ ਲਈ ਬਾਈ ਜਿਹੜੇ ਨਾ ਕੇ ਅਤੇ ਬਾਈ ਔਰ ਜਿਹੜਾ ਨਾ ਉਸ ਕਮਰੇ 'ਚ ਟਰਾਈ ਕਰ ਰਹੇ ਨੇ ਤਾਂ ਉੱਥੇ ਬਾਕੀ ਦਾ ਮਾਲ ਸਮਲ ਜਿਹੜੇ ਤਿਆਰ ਕੀਤੀ ਖੁੱਲ੍ਹਦੇ ਨੇ ਅਤੇ ਇਹ ਅਕੋ ਜਾਹ ਵਾਲਾ ਨਾਲ ਵਾਲਾ ਅਤੇ ਬਾਕੀ ਜਾਹ ਵਾਲਾ ਇਹ ਜਿਹੜੇ ਨੇ ਇਸ ਕਮਰੇ 'ਚ ਜਿਹੜਾ ਪਾ ਦੇ ਸੀ ਪੂਰਾ ਜਸੂਸ ਕਰਦਾ ਅਤੇ ਮੈਂ ਜਿਹੜਾ ਨੂੰ ਰੋਟੀ ਸਾਲਣ ਦੇ ਇੰਤਜ਼ਾਮ ਕਰੂੰ ਅੱਗ ਜਿਹੜੀ ਨੇ ਉਹ ਬੜੀ ਖਲੋਤੀ ਆ ਹੁਣ ਜਿਹੜੇ ਨੇ ਸਾਲਣ ਉੱਤੇ ਰੱਖ ਲੈਂਦੀ ਹਾਂ ਬਾਕੀ ਆਹ ਚੀਜ਼ ਜਿਹੜੀ ਕੱਟ ਕੇ ਇੱਥੇ ਜਿਹੜੀ ਰੱਖੀ ਆ ਤਾਂ ਮੱਖੀਆਂ ਹੀ ਜਿਹੜਾ ਨਾ ਹੈਗੀਆਂ ਨੇ ਦੇਖਣ ਇੱਥੇ ਜਿਹੜੇ ਹੁਣ ਥੋੜ੍ਹੀਆਂ ਧੁੱਪ ਦੀ ਪਾਰੂ ਅਤੇ ਆਹ ਮੇਰਾ ਰਾਹ ਜਿਹੜਾ ਜਾ ਰਿਹਾ ਇਹ ਜਿਹੜਾ ਰੱਖਿਆ ਬਾਕੀ ਮੈਂ ਜਿਹੜਾ ਨਾ ਦਾਲ ਹੀ ਜਿਹੜੀ ਨੇ ਉਹ ਬਣਾ ਸੀ ਜਿਹੜਾ ਨਾ ਸਾਲਾਂ ਜਿਹੜਾ ਨਾ ਜ਼ਿਆਦਾ ਹੋ ਜਾ ਸੀ ਅੱਜ ਸਿਰਫ ਥੋੜ੍ਹੇ ਸੀ ਉਹ ਜਿਹੜਾ ਨਾ ਉਹ ਡਾਲ ਕੇ ਜਿਹੜਾ ਰੱਖਿਆ ਉੱਥੇ ਮੱਖਣ ਜਿਹੜਾ ਨਾ ਕੱਟ ਸਾ ਅੱਜ ਇਹਨਾਂ ਚੀਜ਼ਾਂ ਦਾ ਜਿਹੜਾ ਨਾ ਸਾਲਾਂ ਦਾ ਆਣਗੇ ਆਲੂ ਦਾਲ ਅਤੇ ਗੋਸ਼ਤ ਤਿੰਨ ਚੀਜ਼ਾਂ ਜਿਹੜੀਆਂ ਮਿਲਾ ਕੇ ਬਣਾਵਾਂਗੇ ਅਤੇ ਬਣਾਉਂਦੇ ਹਾਂ ਤਾਂ ਭੈਣ ਭਾਈ ਨੇ ਸ਼ੇਅਰ ਕਰਨੇ ਆ ਕਿਸ ਤਰ੍ਹਾਂ ਜਿਹੜਾ ਸਾਲਾਂ ਦਾ ਹੁੰਦਾ ਬਾਕੀ ਜਿਹੜਾ ਨਾ ਇੱਕ ਕਮਰੇ 'ਤੇ ਜਿਵੇਂ ਫਰਸ਼ ਮੁਕੰਮਲ ਹੋ ਗਿਆ ਦੂਸਰੇ ਕਮਰੇ ਵਾਸਤੇ ਜਿਵੇਂ ਮਸਾਲਾ ਅਜੇ ਤੱਕ ਤਿਆਰ ਹੋ ਰਿਹਾ ਕੁਛ ਮਸਾਲਾ ਜਿਹੜਾ ਨਾ ਵਿੱਚ ਲੱਗ ਗਿਆ ਅਤੇ ਕੁਛ ਜਿਹੜਾ ਨਾ ਰਹਿੰਦਾ ਅਤੇ ਅੱਬੂ ਜੀ ਔਰ ਜਿਹੜਾ ਨਾ ਇੱਥੇ ਕੁੱਟੀ ਕਰਦੇ ਨੇ ਮੈਂ ਜਿਹੜਾ ਨਾ ਇਸ ਥੋੜ੍ਹੀ ਨਾ ਕੁੱਟ ਰਿਹਾ ਸੀ ਆਹ ਜਿਹੜੀ ਮੈਂ ਅੱਬੂ ਜੀ ਕੁੱਟ ਜਿਹੜਾ ਨਾ ਉਹ ਕੁੱਟ ਰਹੇ ਨੇ ਬਾਕੀ ਕਿਉਂਕਿ ਇੱਥੇ ਜਿਹੜੇ ਨਾ ਛਾਂ ਦੇ ਥੱਲੇ ਹੀ ਜਿਹੜੇ ਨਾ ਸਾਰਾ ਕਰ ਲੈਣੇ ਬਾਹਰ ਕਾਫੀ ਦੁੱਖ ਸੀ ਬਾਕੀ ਮੋਰੜੀ ਨਾ ਆਪਾਂ ਉੱਥੇ ਸਕਣੀ ਹਾਂਜੀ ਕਿਉਂਕਿ ਉਹ ਪੰਖਾ ਠੀਕ ਹੈ ਇਹ ਪੰਖਾ ਜਿਹੜਾ ਖਰਾਬ ਹੈ ਆਲੂ ਗੋਸ਼ਤ ਦਾਲ ਜਿਹੜੀ ਸਾਲਾਂ ਬਣ ਜਾਂਦੀ ਸਾਲਾਂ ਪੱਕ ਰਿਹਾ ਤੇ ਥੋੜੇ ਬਹੁਤ ਬਰਤਨ ਨੇ ਕਿਉਂਕਿ ਬਾਈ ਹੋਰ ਸੀ ਬੱਚੀ ਬਣਾ ਦਿੱਤੇ ਕਿਉਂਕਿ ਜਿਹੜੇ ਰੱਖਿਆ ਸਾਲਾਂ ਰੱਖੇ ਹੋ ਗਏ ਹਾਂਜੀ ਤੇ ਸਾਲਾਂ ਜਿਹੜੇ ਨਾਲ ਨਾਲ ਤਿਆਰ ਬਰਤਨ ਦੋ ਕੇ ਤੇ ਆਟਾ ਜਿਹੜਾ ਨਾ ਚਾਚੂ ਜੀ ਕਹਿ ਰਹੇ ਨੇ ਕਿ ਬਜਰੇ ਜਿਹਨਾਂ ਨੇ ਉਹੀ ਕੰਮ ਹੈ ਸੀਮਿੰਟ ਉਹੀ ਕੰਮ ਹੈ ਆਪਾਂ ਉਹਦੇ ਕੋਲ ਨੰਬਰ ਤਾਂ ਹੈ ਲੇਕਿਨ ਉਹ ਦਿੰਦੇ ਮੰਗ ਹੀ ਨੇ ਹੁਣ ਉਹਦੇ ਕੋਲ ਸਟਾਣੇ ਆ ਜਾਂ ਫਿਰ ਆਪਾਂ ਨੂੰ ਆਪ ਉਹਦੇ ਜਾਣਾ ਪਊਣਾ ਫਿਰ ਅੱਬੂ ਜੀ ਜਿਹੜਾ ਨੇ ਭੇਜਨੇ ਆ ਜਾਂ ਫਿਰ ਜਿਹੜਾ ਨੇ ਭੇਜ ਦੇਣੀ ਆ ਤੋ ਜਿਹੜਾ ਲੈਣ ਦੇ ਵੇਖਣਾ ਜੇ ਅਗਰ ਉਹਦੂ ਜਿਹੜਾ ਨੋ ਰੇਟ ਮਿਲ ਗਿਆ ਹਾਂਜੀ ਫਿਰ ਠੀਕ ਹੈ ਜਿਹੜਾ ਨੇ ਮੰਗਾ ਲੈਣੇ ਜੋ ਰੇਟ ਨਾ ਮਿਲਿਆ ਫਿਰ ਜੇ ਤੁਸੀਂ ਦੋਵੇਂ ਜਣੇ ਕੋ ਕੋ ਮਿਸਤਰੀ ਸਾਹਿਬ ਨਾਲ ਉਹਨਾਂ ਦਾ ਰਾਬਤਾ ਹੈ ਹਾਂਜੀ ਚਲੋ ਕੋਈ ਨਹੀਂ ਮੈਂ ਜਿਹੜਾ ਬਰਤਨ ਧੋ ਲੈਣੀ ਆ ਫਿਰ ਜਿਹੜਾ ਵੇਖਨੇ ਆ ਕੀ ਹਿਸਾਬ ਲੱਗਦਾ ਕੀ ਨਹੀਂ ਫਿਰ ਉਹਨੇ ਜਿਹੜਾ ਕਰ ਲਈ ਤੇ ਬਾਕੀ ਅਗਲੀ ਰੋੜੀ ਜਿਹਨਾਂ ਨੇ ਅਸਾਂ ਕੁੱਟ ਲਈ ਨਈ ਰੋੜੀ ਹੁਣ ਬਰਾਂਡੇ ਦੇ ਵਿੱਚ ਡਾਲ ਰਹੇ ਹਾਂ ਉਹ ਜਿਹੜੀ ਨੇ ਉਹ ਕੁੱਟੀ ਜਾਣੀ ਹਾਂਜੀ ਬਿਲਕੁਲ ਥੋੜੇ ਰੋੜੇ ਰਹਿ ਗਏ ਨੇ ਤੇ ਅੱਜ ਅਮੀ ਟਰਾਲੀ ਆ ਜਾਣੀ ਸੀ ਹਾਂਜੀ ਕਿਉਂਕਿ ਇਹ ਜਿਹੜਾ ਨਾ ਜਗ੍ਹਾ ਹੀ ਰਹਿੰਦੀ ਤੇ ਬਾਹਰ ਦੁਕਾਨ ਵਾਲੀ ਜਗ੍ਹਾ ਰਹਿੰਦੀ ਹੈ ਟਰਾਲੀ ਇੱਕ ਤਾਂ ਮੈਨੂੰ ਲੱਗ ਹੀ ਜਾਣੀ ਸੀ ਹਾਂਜੀ ਹਾਂਜੀ ਠੀਕ ਹੋ ਕਿਉਂਕਿ ਮਹਿਫੂਜ਼ ਹੋ ਜਾਵੇਗਾ ਫਿਰ ਮੰਮਾ ਸਾਹਿਬ ਕਾਫੀ ਸਾਰੇ ਖਵਾਇਸ਼ ਆ ਤੇ ਮੈਂ ਆਖਿਆ ਇਨਸ਼ਾਅੱਲਾ ਤੈਨੂੰ ਗਾਰਡਨ ਜਿਹੜਾ ਨਾ ਛੋਟਾ ਜਿਹਾ ਉਹ ਬਣਾ ਦੇ ਸਾਂ ਇਨਸ਼ਾਅੱਲਾ
ਬਾਕੀ ਉਥੇ ਸਾਲਾਂ ਸਮਾਂ ਲੋ ਤਿਆਰ ਹੀ ਹੋਣ ਲੱਗਾ ਡੱਬੀ ਲਈ ਜਾਨੀਆਂ ਜੋਕਾ ਜਿਹੜਾ ਪਾਰ ਸੰਦੂਰ ਬਾਲਣਾ ਸਾਲਾਂ ਬਿਲਕੁਲ ਹੋ ਗਿਆ ਤਿਆਰ ਆਜ ਜਿਹੜੀ ਬਿਲਕੁਲ ਮਰਜ਼ੀ ਕਰ ਬਾਕੀ ਜਿਹੜਾ ਨਾ ਸਾਡੇ ਨਾਲ ਨਾ ਬੇਗਾਂ ਸੌਰ ਬਹੁਤ ਜ਼ਿਆਦੀ ਉਠਾਈ ਹੈ ਉਠਾਈ ਇਸ ਸਾਲ ਦੀ ਵਿਚਰ ਇਸ ਮੌਸਮ ਚੋਂ ਜਾ ਕੇ ਦੁਪਹਿਰਾਂ ਦੇ ਟਾਈਮ ਰੋਟੀ ਲੰਗਣੀ ਨਾ ਇਹ ਵੀ ਕੋਈ ਬਹੁਤ ਜ਼ਿਆਦਾ ਗੁਲਾਮ ਸਾਰੇ ਬੈਣ ਭਾਈ ਨੂੰ ਪਤਾ ਵੀ ਜਿਹੜੀ ਨਾ ਅੱਗੇ ਕੰਮ ਦੀ ਹੋਈ ਹੋਈ ਮੈਂ ਕੋਈ ਗੱਲ ਨਹੀਂ ਹੈ ਇਹ ਪਰ ਖਾਈ ਤਾਂ ਬਹੁਤ ਹੀ ਜ਼ਿਆਦਾ ਹੋਣਾ ਬਾਕੀ ਸਾਲਾਂ ਤਿਆਰ ਹੋ ਗਿਆ ਜਾਂ ਫਿਰ ਇਹਨਾਂ ਆਖੀ ਜਾਨੀ ਵਿਆਹ ਰੋੜੀ ਖੋੜ ਕੇ ਨਹੀਂ ਆ ਵੀ ਰੋੜੀ ਕੋਈ ਕਰ ਦੇ ਤੇ ਸਾਰੇ ਭਾਈ ਹੋਰੀ ਬੈਠ ਜੀ ਉੱਤੇ ਰੱਖ ਦੇ ਅੱਜ ਤੇ ਖਾਲ ਸਾ ਮੰਜੇ ਦੇ ਨੇਪਾਲ ਸਾ ਤੋਂ ਮੰਜੇ ਬਾਹਰ ਪੈ ਨੇ ਬਰਤਨਾ ਬਾਹਰ ਤੇ ਬਲਕਿ ਧੋਪ ਪੈ ਹਾਂ ਬਾਹਰ ਧੋਪ ਪੈ ਮੰਜੇ ਇੱਥੇ ਪਾਲ ਸਾ ਨਾ ਰੋੜੀ ਆ ਹਾਂ ਜੀ ਫਿਰ ਠੀਕ ਇੱਕੋ ਜੀ ਕਰ ਦੇਣਾ ਹਾਂ ਤੇ ਇੱਥੇ ਮੰਜੇ ਪਾ ਕੇ ਰੋਟੀ ਸਾਲਨ ਖਾਲ ਸਾ ਤੇ ਰੋਟੀਆਂ ਤੋਂ ਟਾਈਮ ਕੋਈ ਲੱਗਣਾ ਸਿਰਫ ਜੇ ਨੇ ਬਾਲਨ ਬਾੜਨਾ ਤੇ ਕੋਈ ਨਹੀਂ ਅੱਜ ਤਿਆਰ ਹੋ ਜਾਣੀ ਰੋਟੀ ਜਿਹੜੀ ਨੇ ਖਾ ਜਾਤੀ ਹੈ ਬਜਰੀ ਵਿੱਚੇ ਪਾ ਲੇ ਤਾਂ ਕੋਈ ਨਹੀਂ ਹਾਂ ਉੱਤੇ ਮੰਜੇ ਉੱਤੇ ਪਾ ਲੇ ਬਾਕੀ ਭਾਈ ਹੋਰ ਸਾਨੂੰ ਲਾ ਥੋੜਾ ਬਹੁਤ ਹੈ ਲੈ ਗਿਆ ਬਾਕੀ ਤਾਂ ਤਿਆਰ ਹੋ ਗਿਆ ਤਾਂ ਮਾਸ਼ਾਅੱਲਾ ਫਰਸਤੇ ਭਾਈ ਹੋਰ ਬਾਕੀ ਮਸਾਲਾ ਬਿਲਕੁਲ ਤਿਆਰ ਹੋ ਗਿਆ ਇਨਸ਼ਾਅੱਲਾ ਇਹ ਜਿਹੜਾ ਨਾ ਦੇ ਨਾਲ ਜਿਹੜਾ ਤਿਆਰ ਹੋ ਗਿਆ ਸਿਆਸਤਾ ਤੇ ਸਾਰਾ ਆਦ ਬਣ ਰਹੀ ਹੈ ਹਾਂਜੀ ਜਿਵੇਂ ਕਿ ਹੁਣ ਆ ਬਣ ਗਿਆ ਤੇ ਇਹ ਵਾਲਾ ਗਲਾਸ ਜਿਹੜਾ ਨੇ ਸਿੱਖ ਕੰਮ ਕਰਨੇ ਆਦ ਬੈਠੋ ਇਖ ਲੈਣੇ ਇਜਾਜ਼ਤ ਅੱਲਾਹ ਹਾਫਿਜ਼ ਅੱਲਾਹ ਹਾਫਿਜ਼।